ਤਾ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਦਲਜੀਤ कौर ਬੀ ਐਸ ਮਾਸਟਰ ਫਰਸ ਖਾਲਸਾ ਕਾਲਜ ਅੰਮ੍ਰਿਤਸਰ ਦੀ ਵਿਦਿਆਰਥਣ ਇਹ ਸਟਾਰ ਰੇਜੀ ਨਿਊਜ਼ ਦੁਆਰਾ ਆਪਣੀ ਖੋਦ ਦੀ ਲਿਖੀ ਹੋਈ ਕਵਿਤਾ ਬੋਲਣ ਜਾ ਰਹੀ ਹਾਂ ਜਿਸ ਦਾ ਵਿਸ਼ਾ ਹੈ ਆਵਾਜ਼ ਬੜਿਆਂ ਦਿਨਾਂ ਤੋਂ ਗੱਲ ਰੜਕਦੀ ਆਈ ਜਹਨ ਚ ਮੇਰੇ ਪਾਂਤ ਪਾਂਤ ਦੇ ਲੋਕੀ ਦਿਸਦੇ ਦਿਸਦੇ ਚਾਰ ਚਫੇਰੇ ਬਾਰੇ ਪਰਤ ਤੋਂ ਸੂਰਜ ਤੋਂ ਲੈ ਰੋਸ਼ਨੀ ਬਾਰੀ ਪਰਤੇ ਤੇ ਸੂਰਜ ਤੋਂ ਲੈ ਰੋਸ਼ਨੀ ਹਿਰਦੇ ਵਿੱਚ ਵਸਾਏ ਹਨੇਰੇ ਵੈਸੇ ਤਾਂ ਲਾਈਏ ਸੱਚ ਦੇ ਨਾਰੇ ਵੈਸੇ ਤਾਂ ਲਾਈਏ ਸੱਚ ਦੇ ਨਾਰੇ ਅੰਦਰੋਂ ਅੰਦਰੀ ਲਾਏ ਝੂਠ ਨੇ ਡੇਰੇ ਬੜਿਆਂ ਦਿਨਾਂ ਤੋਂ ਗੱਲ ਰੜਕਦੀ ਆਈ ਜਹਨ ਚ ਮੇਰੇ ਆਈ ਜਹਨ ਚ ਮੇਰੇ ਬਣਦੇ ਹਾਂ ਅਸੀਂ ਸੂਜਵਾਨ ਬਣਦੇ ਹਾਂ ਅਸੀਂ ਸੂਜਵਾਨ ਪਰ ਅੰਦਰੋਂ ਜਾਂਦੀ ਮੈਂ ਨਹੀਂ ਕਿ ਜੋ ਦਿਲ ਨੂੰ ਸੰਤੁਸ਼ਟ ਕਰ ਦੇਵੇ ਕਿ ਜੋ ਦਿਲ ਨੂੰ ਸੰਤੁਸ਼ਟ ਕਰ ਦੇਵੇ ਐਸੀ ਕੋਈ ਸ਼ੈ ਨਹੀਂ ਕਈ ਵੇਰਾਂ ਆ ਤਾਂ ਜਾਂਦੀ ਹੈ ਹਮਦਰਦੀ ਕਈ ਵੇਰਾਂ ਆ ਤਾਂ ਜਾਂਦੀ ਹੈ ਹਮਦਰਦੀ ਪਰ ਮੁੱਕ ਦੀ ਗੱਲ ਤਾਂ ਇਹ ਹੈ ਇੱਥੇ ਚੁੱਪੀ ਨੇ ਕੀਤੇ ਬਸੇਰੇ ਬੜਿਆਂ ਦਿਨਾਂ ਤੋਂ ਗੱਲ ਰੜਕਦੀ ਆਈ ਜਹਨ ਚ ਮੇਰੇ ਆਈ ਜਹਨਤ ਤੇ ਮੇਰੇ ਦੁਨਿਆਵੀ ਇਸ ਦੌੜ ਦੇ ਵਿੱਚ ਦੁਨਿਆਵੀ ਇਸ ਦੌੜ ਦੇ ਵਿੱਚ ਕੋਈ ਨਾ ਕੋਈ ਤਾਂ ਰੁਕਿਆ ਏ ਖੈਰ ਇੱਕ ਗਲਤਾਂ ਚੰਗੀ ਹੋਈ ਇਹ ਖਿਆਲਾਂ ਤਾਂ ਜੱਬ ਤਾਂ ਮੁੱਕਿਆ ਏ ਇਹ ਮਨ ਤਾਂ ਖੋਖਲਾ ਹੀ ਰਹਿਣਾ ਹੈ ਇਹ ਮਨ ਤਾਂ ਖੋਖਲਾ ਹੀ ਰਹਿਣਾ ਭਾਵੇਂ ਲੱਖ ਪਰੇ ਹੋਣ ਬਨੇਰੇ ਬੜਿਆਂ ਦਿਨਾਂ ਤੋਂ ਗੱਲ ਰੜਕਦੀ ਆਈ ਜ਼ਹਿਨ ਚ ਮੇਰੇ, ਆਈ ਜ਼ਹਿਨ ਚ ਮੇਰੇ, ਆਖਿਰ ਇੱਕ ਗੱਲ ਕਹਿ ਕੇ ਇਹ ਸਿਲਸਿਲਾ ਮੁਕਾਉਂਦੀ ਹਾਂ ਕਿ ਖੁੱਲ ਕੇ ਜੀ ਲਓ, ਇਹ ਜਿੰਦ ਚੰਦਰੀ ਤਾਂ ਦਿਲ ਚਾਰ ਪਰਾਉਣੀ ਆਂ, ਸਾਂਭ ਰੱਖਿਓ ਜਿੰਦਾ ਦਿਲੀ ਦੇ ਇਸ ਗਹਿਣੇ ਨੂੰ, ਓਦਾਂ ਫਿਰਦੇ ਨੇ ਕਈ ਲੁਟੇਰੇ, ਬੜਿਆਂ ਦਿਨਾਂ ਤੋਂ ਗੱਲ ਰੜਕਦੀ, ਆਈ ਜ਼ਹਿਨ ਚ ਮੇਰੇ, ਆਈ ਜ਼ਹਿਨ ਚ ਮੇਰੇ, ਧੰਨਵਾਦ।